तुरी के साथ एडवेंचर से ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਹਾਈਕਿੰਗ ਕਰਨ। ਜਦੋਂ ਵੀ ਸਾਨੂੰ ਕੋਈ ਪੁੱਛਦਾ ਹੈ ਵਾਟ ਡੂ ਯੂ ਲਾਈਕ ਟੂ ਡੂ ਇਨ ਯੂਰ ਫ੍ਰੀ ਟਾਈਮ, ਅਸੀਂ ਕਹਿੰਦਾ ਹਾਈਕਿੰਗ, ਭਾਵੇਂ ਅਸੀਂ 2 ਸਾਲਾਂ 'ਚ ਇੱਕ ਵਾਰ ਕਰੀਦੀ। ਅੱਜ ਮੈਂ ਪੂਰੀ ਪਲੈਨਿੰਗ ਦੇ ਨਾਲ ਆਇਆ, ਮੈਂ ਆਪਣਾ ਆਈਸ ਵਾਟਰ ਵੀ ਲੈ ਕੇ ਆਇਆ, ਬਿਕੋਜ਼ ਡੀਹਾਈਡਰੇਸ਼ਨ ਇਜ਼ ਅ ਮੋਸਟ ਇੰਪੋਰਟੈਂਟ ਥਿੰਗ ਇਨ ਦ ਵਰਲਡ, ਵੀ ਸ਼ੁੱਡ ਆਲਵੇਜ਼ ਰਿਮੇਨ ਡੀਹਾਈਡਰੇਟਡ। ਖਾਣ ਦੇ ਲਈ ਚੌਲ ਵੀ ਲੈ ਕੇ ਆਇਆ, ਮੈਂ ਪੀਣ ਦੇ ਲਈ ਕੋਕ ਵੀ ਲੈ ਕੇ ਆਇਆ, ਮੈਂ ਪਾਵਰ ਬੈਂਕ ਵੀ ਲੈ ਕੇ ਆਇਆ। ਬਸ ਇੱਕ ਚੀਜ਼ ਨਹੀਂ ਮੈਂ ਲੈ ਕੇ ਆਇਆ, ਸੇਲੀ, ਕਿਉਂਕਿ ਹੈਗੀ ਨਹੀਂ। ਇੱਕੋ ਇੱਕ ਹੋਰ ਚੀਜ਼ ਨਹੀਂ ਹੈਗੀ, ਉਹ ਹੈਗੀ ਭਾਲੂ ਦੀ ਸਪਰੇ। ਮੈਂ ਭਾਲੂ ਨੂੰ ਇੱਕ ਹੀ ਗੱਲ ਕਹਿਣਾ ਚਾਹੁੰਦਾ ਹਾਂ, ਭਾਲੂ ਤੂੰ ਆਈ ਕਰ ਲੂੰ। ਕੁਝ ਲੋਕੀ, ਅਸੀਂ ਤਾਂ ਬਹੁਤ ਹਾਈਕਿੰਗ ਕਰਦੇ ਹਾਂ, ਬਸ ਸ਼ਾਮ ਨੂੰ ਸੈਰ ਕਰਦੇ ਹੋਏ ਨਿਆਣਿਆਂ ਨੂੰ ਪਾਰਕ 'ਚ ਲੈ ਜਾਈਦਾ ਹੈ, ਉਹ 2 ਪਿੰਗਾਂ ਝੂਟ ਲੈਂਦੇ ਆ, ਦੈਟਸ ਨਾਟ ਹਾਈਕਿੰਗ। ਮੈਂ ਤਾਂ ਹੁਣੀ ਥੱਕ ਗਿਆ, ਇੱਥੇ ਤਾਂ ਘੋੜੇ ਵੀ ਨਹੀਂ ਹੈਗੇ, ਸਮਝ ਹੀ ਨਹੀਂ ਆਉਂਦਾ ਪਿਆ, ਇੰਨੇ ਰਸਤੇ ਇੱਧਰ ਉੱਧਰ ਨਿਕਲੀ ਜਾ ਰਹੇ, ਹਰ ਪਾਸੇ ਰਸਤੇ ਲੱਗੇ, ਬੋਰਡ ਲੱਗੇ, ਮੇਰੇ ਕੋਲ ਮੈਪ ਹੀ ਨਹੀਂ ਹੈ। ਮੈਂ ਹਥਿਆਰ ਲੱਭ ਲਿਆ ਜੇ ਇਨ ਕੇਸ ਭਾਲੂ ਆ ਗਿਆ, ਬਟ ਜੇ ਟੈਕਨੀਕ ਕੀ ਹੈ ਜੇ ਭਾਲੂ ਆ ਗਿਆ ਆਪਾਂ ਬਚਣਾ ਕਿੱਦਾਂ ਹੈ? ਜਿੱਦੇ ਤੁਸੀਂ ਭਾਲੂ ਨੂੰ ਦੇਖਦੇ ਆ ਤੁਸੀਂ ਲੇਟ ਜਾਣਾ ਹੈ ਤੇ ਇਹਨੂੰ ਆਪਣੇ ਉੱਪਰ ਐ ਰੱਖ ਲੈਣਾ, ਇਹ ਕਿਉਂ ਸਾੜਨਾ ਸੌਖਾ ਹੋ ਜਾਊਗਾ ਤੁਹਾਡੀ ਲਾਸ਼ ਨੂੰ। ਤਾਂ ਜਮਾ ਹੀ ਉੱਪਰ ਨੂੰ ਘਰ ਜਾਦਾ ਕੋਈ ਬੋਰਡ ਨਹੀਂ ਹੈਗਾ, ਹੁਣ ਦੱਸੋ ਐ ਨੂੰ ਮਰੀਏ ਕਿ ਔ ਨੂੰ ਮਰੀਏ। ਥੋੜਾ ਜਿਹਾ ਵਿਊ ਤਾਂ ਵਧੀਆ ਆਉਣ ਲੱਗ ਗਿਆ ਆ, ਦੇਖੋ ਪਹੁੰਚ ਗਏ। ਹੁਣ ਅਸੀਂ ਇੱਥੇ ਬਹਿ ਕੇ ਆਰਾਮ ਨਾਲ ਪਹਿਲਾਂ ਤਾਂ ਖਾਵਾਂਗੇ। ਭਾਜੀ ਬਹੁਤ ਠੱਡਾ ਆ, ਵੈਰੀ ਰਾਰਾ, ਪਰ ਮੈਂ ਇੰਨੀ ਦੂਰ ਕਰਨ ਕੀ ਆ ਜੇ ਨਹਾਉਣਾ ਹੀ ਨਹੀਂ। झोंपड़ी बना के हुण इत्थे ही अपनी बाकी दी जिंदगी रह लूंगा, पर मैं वापस तुर के नहीं जा सकदा। मेरा आधार कार्ड इत्थे दा ही बना दो, पर मैं वापस तुर के नहीं जा सकदा। लै लो पद्धर इत्थों टुट गई आ, सस्ते बैगां दा देख लो। पहुँच गया, उम्मीद नहीं सी पर पहुँच गया। एक गल दसा, इधर कल मंडे आ।